ਆਪਾਂ ਜੋੜੇ ਲਾਏ ਸੀ ਤੇ ਬੱਚੇ ਉਹਨਾਂ ਨੇ ਕੱਢ ਤੇ ਆ, ਇੱਕ ਨੀਲਾ ਤੇ ਇੱਕ ਰੱਤਾ। ਬਹੁਤ ਸੋਹਣੇ ਬੱਚੇ ਕੱਢੇ ਆ, ਮੋਜੇ ਉਹ ਵੀ ਜਿਹੜੇ ਮੇਰੇ ਫੇਵਰਟ ਆ। ਇਹ ਪਿਓਰ ਧੰਨੇ ਵਾਲਿਆਂ 'ਚੋਂ ਆ ਅਤੇ ਪਿਓਰ ਕਾਕੇ ਵਾਲਿਆਂ 'ਚੋਂ ਆ। ਇਹਦੀ ਮਾਂ ਬਾਜੀਆਂ ਦਿੱਤੀ ਹੋਈ ਆ, ਛੱਡੀ ਸੀ ਆਪਾਂ ਇਸ ਸਾਲ ਵੀ। ਵੈਰੀ ਉੱਠਣੀ ਇਹਦੀ ਬਹੁਤ ਵਧੀਆ। ਬਾਕੀ ਰਿਜ਼ਲਟ ਦੇਖੋ, ਆਪਣੇ ਘਰ ਦੇ ਪੱਠੇ ਆ ਇਹ। ਛੱਡੀ ਸੀ, ਰਿਜ਼ਲਟ ਬਹੁਤ ਵਧੀਆ। ਹੁਣ ਦੇਖੋ ਬੱਚੇ ਕਿੱਦਾਂ ਕੱਢਦੇ, ਕਮੈਂਟ 'ਚ ਜ਼ਰੂਰ ਦੱਸਿਓ ਕਿ ਜੋੜਾ ਕਿਵੇਂ ਲੱਗਿਆ। ਕਹਿੰਦਾ ਕਬੂਤਰ ਗੁੜਕ ਦੇ ਮਾੜੇ ਹੁੰਦੇ ਆ, ਉਹਨਾਂ ਤੋਂ ਜਾ ਕੇ ਪੁੱਛ ਜਿਨ੍ਹਾਂ ਨੇ ਪੁੱਤਾਂ ਵਾਂਗੂ ਪਾਲੇ ਹੁੰਦੇ ਆ। ਕਈ ਟਾਈਮ ਪਾਣੀ, ਕਈ ਟਾਈਮ ਚੋਗਾ ਪਾਉਣਾ ਪੈਂਦਾ। ਆਪ ਵਿਸ਼ਕ ਦੀ ਉਸਤਾਦ ਅਸੀਂ ਭੁੱਖੇ ਰਹੀਏ, ਪਰ ਉਹਨਾਂ ਨੂੰ ਡੇਲੀ ਰਜਾਉਣਾ ਹੀ ਪੈਂਦਾ। ਜ਼ਿਆਦਾ ਪਿਆਰ ਮਿਲਿਆ ਤੇ ਬਹੁਤ ਹੀ ਜ਼ਿਆਦਾ ਪਿਆਰ ਨਾਲ ਸਨਮਾਨਿਤ ਕੀਤਾ ਜਾ ਰਿਹਾ। ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਤੇ ਸਾਰੀ ਪਬਲਿਕ ਦਾ ਵੀ ਧੰਨਵਾਦ ਕਰਦੀ ਹਾਂ ਕਿ ਮੈਨੂੰ ਇੰਨਾ ਸਪੋਰਟ ਕਰ ਰਹੇ ਆ। ਗੋਪੀ ਨੱਥੂਪੁਰਾ ਵੱਲੋਂ ਇਹ ਕੱਪ ਸਨਮਾਨਿਤ ਕੀਤਾ ਜਾ ਰਿਹਾ। ਟੋਨਾ ਨੱਥੂਪੁਰਾ, ਨਿਸ਼ਾਨ ਬੰਗਾਲੀ ਜੀ ਵੱਲੋਂ ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਜੀ। ਬਸ ਏਦਾਂ ਹੀ ਪਿਆਰ ਦਿੰਦੇ ਰਹੋ ਸਾਰੇ। ਚੰਗੇ ਮਾੜੇ ਦਿਨ ਆਉਂਦੇ ਰਹਿੰਦੇ ਆ ਮਿੱਤਰਾ, ਜੇ ਦਬ ਗਿਆ ਤਾਂ ਦਬਿਆ ਰਹਿ ਜਾਏਗਾ, ਜੇ ਕਾਮਯਾਬ ਹੋਣਾ ਤਾਂ ਮਾੜੇ ਦਿਨਾਂ ਨਾਲ ਮੁਕਾਬਲਾ ਕਰ, ਸਮਝਿਆ? ਮਹੀਨਾ ਪਿੰਡ ਝੰਡੇਰ ਆਪਾਂ ਬਾਜ਼ੀ ਤੇ ਪਹੁੰਚੇ ਆ, ਜਿੱਥੇ ਕਿ ਬਹੁਤ ਹੀ ਵਧੀਆ ਬਾਜ਼ੀ ਕਰਵਾਈ ਜਾ ਰਹੀ ਹੈ ਤੇ ਸਾਰੇ ਟੌਪ ਦੇ ਖਿਡਾਰੀ ਇੱਥੇ ਪਹੁੰਚੇ ਨੇ ਜੋ ਕਿ ਦੂਸਰਿਆਂ ਦੇ ਵੀ ਮਾਹਿਰ ਨੇ। ਤੇ ਪਿੰਡ ਵਾਲਿਆਂ ਦਾ ਅਸੀਂ ਸਾਰੇ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਸਾਨੂੰ ਇੰਨਾ ਪਿਆਰ ਦਿੱਤਾ ਸਾਰਿਆਂ ਨੇ ਤੇ ਇੱਦਾਂ ਹੀ ਆਪਾਂ ਮਿਲਦੇ ਰਹੀਏ ਸਾਰੇ ਤੇ ਇੱਦਾਂ ਹੀ ਪਿਆਰ ਬਣਿਆ ਰਹੇ ਸਾਰਿਆਂ ਨੂੰ। ਹਾਂਜੀ, ਮੈਂ ਰੌਣਕ ਖੱਤਰੀ ਜੀ, ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਆਪਾਂ ਲੋਕੇ ਕਲਾ ਪਿੰਡ ਆਏ ਹਾਂ, ਲੋਕੇ ਕਲਾ ਪਿੰਡ ਬਾਜ਼ੀ ਤੇ ਆਏ ਹਾਂ। 13 ਤਰੀਕ 8ਵਾਂ ਮਹੀਨਾ, ਕਾਕਾ ਲੋਕਾ ਵੱਲੋਂ ਇਹਨਾਂ ਵੱਲੋਂ ਬਾਜ਼ੀ ਕਰਵਾਈ ਜਾ ਰਹੀ ਆ ਤੇ ਬਾਜ਼ੀ ਤੇ ਆ ਕੇ ਬਹੁਤ ਹੀ ਵਧੀਆ ਲੱਗਿਆ, ਬਹੁਤ ਹੀ ਵਧੀਆ ਇਹਨਾਂ ਨੇ ਬਾਜ਼ੀ ਕਰਾਈ ਹੈ। ਤੇ ਬਾਬਾ ਜੀ ਇਹਨਾਂ ਨੂੰ ਇੱਦਾਂ ਹੀ ਬਸ ਹੌਸਲਾ ਦਿੰਦੇ ਰਹਿਣ ਤਾਂ ਕਿ ਹਰ ਸਾਲ ਬਾਜ਼ੀ ਕਰਾਉਂਦੇ ਰਹਿਣ ਤੇ ਸਾਰੇ ਮਿਲਦੇ ਰਹੀਏ। ਦੂਸਰੀ ਗੱਲ ਜੀ, ਅੱਜ ਕੱਲ੍ਹ ਬਹੁਤ ਜ਼ਿਆਦਾ ਬੋਲਿਆ ਜਾ ਰਿਹਾ ਕਿ ਰੌਣਕ ਖੱਤਰੀ ਅੰਜਾ, ਰੌਣਕ ਖੱਤਰੀ ਅੰਜਾ। ਮੈਨੂੰ ਕਿਸੇ ਦੇ ਬੋਲਣ ਨਾਲ ਕੋਈ ਫਰਕ ਨਹੀਂ ਪੈਂਦਾ ਜੀ, ਜਿੰਨਾ ਕੋਈ ਬੋਲੂਗਾ ਮੇਰਾ ਹੌਸਲਾ ਵੱਧ ਰਿਹਾ ਕਿਉਂਕਿ ਮੈਨੂੰ ਪਿੱਛੇ ਪਿਆਰ ਦੇਣ ਵਾਲੇ, ਸਪੋਰਟ ਕਰਨ ਵਾਲੇ ਬਹੁਤ ਆ। ਜਿੱਦਾਂ ਕਈ ਆ ਮੈਨੂੰ ਭੈਣ ਵਾਂਗੂ ਸਪੋਰਟ ਕਰ ਰਿਹਾ, ਕਈ ਦੋਸਤਾਂ ਵਾਂਗੂ, ਕਈ ਧੀਆਂ ਵਾਂਗੂ ਕਰ ਰਿਹਾ। ਮੈਨੂੰ ਸਪੋਰਟ ਕਰਨ ਵਾਲੇ ਬਹੁਤ ਆ, ਮੈਨੂੰ ਕਿਸੇ ਦੇ ਬੋਲਣ ਨਾਲ ਕੋਈ ਫਰਕ ਨਹੀਂ ਪੈ ਰਿਹਾ। ਦੂਸਰੀ ਗੱਲ, ਮੈਂ ਇਹ ਨਹੀਂ ਕਿ ਮੈਂ ਚੁੱਪ ਤਾਂ ਵਾਂ ਕਿ ਮੈਂ ਕਿਸੇ ਤੋਂ ਡਰਦੀ ਹਾਂ ਜਾਂ ਮੈਨੂੰ ਕਿਸੇ ਦੀ ਕੋਈ ਪਰਵਾਹ ਵਾ। ਮੈਨੂੰ ਕਿਸੇ ਦੀ ਕੋਈ ਪਰਵਾਹ ਨਹੀਂ, ਮੈਂ ਚੁੱਪ ਤਾਂ